ਕਰਜ਼ਾ ਕੈਪਟਨ ਤੇ ਹੰਗਾਮਾ ਇਸ ਦੀ ਅਸੀਂ ਚਰਚਾ ਕਰ ਰਹੇ ਹਾਂ ਸਾਡੇ ਨਾਲ ਮਹਿਮਾਨ ਸਾਰੇ ਜੁੜੇ ਹੋਏ ਨੇ ਤੇ ਅੱਜ ਸਾਡਾ ਸਵਾਲ ਇਹ ਹੈ ਕਿ ਕੀ ਕਰਜ਼ੇ ਦੀ ਵਜ੍ਹਾ ਕਰਕੇ ਖੁਦਕੁਸ਼ੀ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਅੰਕੜਾ ਕੀ ਖੇਤ ਮਜ਼ਦੂਰਾਂ ਦਾ ਜਵਾਬ ਤੁਸੀਂ ਸਾਨੂੰ SMS ਰਾਹੀਂ ਵੀ ਭੇਜ ਸਕਦੇ ਹੋ ਬਾਕੀ ਤੁਹਾਡੀ ਕਾਲਸ ਸਾਭੀ ਨੂੰ ਸਮਾਂ ਆ ਗਿਆ ਹੈ ਹਾਂ ਦੇ ਲਈ ਜਿਪੀਚਟ ਸਪੇਸ ਵਾਈ ਨਾ ਦੇ ਲਈ ਜਿਪੀਚਟ ਸਪੇਸ ਸੈਨ ਇਸ ਨੂੰ ਪੇ ਜੋ 57575 ਤੇ SMS ਰਾਹੀਂ ਬਾਕੀ ਕਾਲ ਤੁਸੀਂ ਸਾਨੂੰ ਕਰ ਸਕਦੇ ਹੋ 18001803535 ਤੇ ਦਰਸ਼ਕਾਂ ਤੋਂ ਸਵਾਲ ਜਿਹੜਾ ਸੀ ਪੁੱਛ ਰਹੇ ਆ ਕਿ ਕਰਜ਼ੇ ਦੀ ਵਜ੍ਹਾ ਕਰਕੇ ਖੁਦਕੁਸ਼ੀ ਕਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਅੰਕੜਾ ਖੇਤ ਮਜ਼ਦੂਰਾਂ ਦਾ ਹੈ ਸਾਡੇ ਨਾਲ ਪਹਿਲੇ ਕਾਲਰ ਨੇ ਜਗਤਾਰ ਨੇ ਅੰਮ੍ਰਿਤਸਰ ਤੋਂ ਜੀ ਜਗਤਾਰ ਜੀ ਕੀ ਹੈ ਤੁਹਾਡੀ ਰਾਏ ਜੀ ਇਹੋ ਹੀ ਹੈ ਜੀ ਇੱਕ ਕਿਸਾਨ ਇਹ ਖੁਦਕੁਸ਼ੀयां ਕਰਦਾ ਹੂੰ ਉਹ ਕਿਉਂ ਕਰਦਾ ਹੂੰ ਇੱਕ ਕਿਸਾਨ ਜੇ ਸਾਡੇ ਪਿੰਡ ਚ 40000 ਰੁਪਏ 50 ਰੁਪਏ ਠੇਕਾ ਦਿੰਦਾ ਹੂੰ ਇਹ ਕਿ ਪਿਆਰੀ ਜਿਹੀ ਹੋਊਗਾ ਹੂੰ ਉਹ 20 40 50 ਜਾਂ 60 ਲੇ ਕੇ ਉਹ ਉਹਦੇ ਵਿੱਚੋਂ ਪ੍ਰੋਫਿਟ ਲੈਂਦਾ ਹੂੰ ਤੇ ਜਿਹੜਾ ਇੱਕ ਬੰਦਾ ਗਰੀਬ ਆ ਉਹ 200 ਵੀ 300 ਵੀ ਦਿਹਾੜੀ ਨਾਲ ਜੀਵਨ ਜੀਵਣਾ ਕਰਦਾ ਹੂੰ ਤੇ 4000 ਰੁਪਏ ਜਾਂ 6000 ਜਿਹੜਾ ਕਿਸਾਨ ਨੂੰ ਪਾਈਦਾ ਉਹਨੇ ਕਿਉਂ ਕੁਝ ਨਹੀਂ ਕਰਦਾ ਕਿਉਂਕਿ ਮੜੇ ਕੰਮਾਂ ਦੇ ਕਰਜ਼ੇ ਚੁੱਕਦਾ ਹੂੰ ਉਹ ਆਪਣੇ ਕਰਜ਼ੇ ਚੁੱਕ ਕੇ ਕੋਠੀਆਂ ਬਣਾਵੇ ਕੁਝ ਕਰਦੇ ਆ ਪਰ ਇਹ ਮਹੀਨਾ ਇਹ ਤਾਂ ਮਜ਼ਦੂਰ ਕੋਠੀਆਂ ਬਣਾਉਂਦਾ ਹੈ ਕੋਠੀਆਂ ਬਣਾਉਂਦੇ ਆ ਕੁਝ ਵੀ ਕਰਦੇ ਆ ਇਹ ਕਰਦੇ ਆ ਇੱਕ ਤਰ੍ਹਾਂ ਦਾ ਮਤਲਬ ਚਲੋ ਇਹ ਥੋੜਾ ਕੁਝ ਸਮਝ ਤੋਂ ਪਰੇ ਜਾ ਰਹੇ ਆ ਬਾਕੀ ਆਪਣੀ ਗੈਸ ਤੋਂ ਜਾਣ ਲਾਂਗੇ ਹਾਂਜੀ ਅਗਲਾ ਕਾਲ ਜਰਨੈਲ ਸਿੰਘ ਨੇ ਸਾਡੇ ਨਾਲ ਜਲੰਧਰ ਤੋਂ ਜਰਨੈਲ ਸਿੰਘ ਜੀ ਦੱਸੋ ਕੀ ਹੈ ਤੁਹਾਡੀ ਰਾਏ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੀ ਰਾਏ ਇਹ ਹੈ ਜੀ ਵੀ ਮੇਰਕਾ ਸਾਹਿਬ ਨੂੰ ਬੇਇੱਜ਼ਤੀ ਹੈ ਕਿ ਜਦੋਂ ਆਪਾਂ ਕਾਰਜੇ ਦਾ ਜਿਹੜਾ ਮਨੋਤ ਪੱਤਰ ਇਹ ਨਾ ਜਿਹੜਾ ਯਾਰ ਦਿੱਤਾ ਹੀ ਜਾ ਰਹੀ ਆਪਣਾ ਹੂੰ ਉਦੋਂ ਇਹਨਾਂ ਨੇ ਇਹ ਥੋੜੋ ਕਿਹਾ ਸੀ ਬਾਲንስ ਦੇਤਾ ਜ ਕਰਜ਼ਾ ਮਾਫ ਹੋਊਗਾ ਜਿੰਨਾਂ ਜਿੰਨਾ ਉਹਨਾਂ ਕਰਾਂਗੇ ਹੂੰ ਦੂਸਰੀ ਬੇਨਤੀ ਇਹ ਹੈ ਕਿ ਫਸਲਾਂ ਰੋਲ ਰਹੀਆਂ ਜਿਸ ਤਰ੍ਹਾਂ ਆਲੂ ਰੋਲ ਰਿਆ ਮੱਕੀ ਰੋਲ ਰਹੀ ਆ ਪਿੱਛੇ ਬਾਸਮਤੀ ਰੁਲੀਆ ਫਸਲਾਂ ਵੇਚਣ ਵਾਲਾ ਜ਼ਿੰਮੇਵਾਰਾਂ ਦਾ ਥੋੜਾ ਇਹਦਾ ਫਿਕਸ ਰੇਟ ਆ ਉਹ ਕੁਝ ਕਰਨ ਹੂੰ ਕਰਜ਼ਾ ਮਾਫੀ ਕਰਨ ਜਾਂ ਨਾ ਕਰਨ ਲੇਕਿਨ ਫਸਲਾਂ ਸਹੀ ਰੇਟ ਤੇ ਵਿਕਣੀਆਂ ਚਾਹੀਦੀਆਂ ਹੂੰ ਇਹ ਤਾਂ ਬਾਰ-ਬਾਰ ਬਾਰ-ਬਾਰ ਜਦੋਂ ਕਿਸਾਨਾਂ ਦਾ ਮਤਲਬ ਮਸਲਾ ਆਂਦਾ ਹੈ ਤੇ ਫਿਰ ਫਸਲਾਂ ਦੇ ਰੇਟ ਵਾਲਾ ਜਿਹੜਾ ਹੈ ਮਤਲਬ ਉੱਥੋਂ ਹੀ ਕਿਸਾਨ ਜਿਹੜਾ ਹੈ ਢਹ ਢੇਰੀ ਹੋ ਜਾਂਦਾ ਕਿ ਫਸਲਾਂ ਦੇ ਰੇਟ ਫਸਲਾਂ ਦੇ ਰੇਟ ਕਿਸਾਨਾਂ ਨੂੰ ਸਿੱਧਾ ਅਫੈਕਟ ਕਰਦੇ ਨੇ ਚਲੋ ਸਾਡੇ ਨਾਲ ਪੈਨਲ ਮੌਜੂਦ ਹੈ ਸਾਡੇ ਨਾਲ ਨਿਰਾਜ ਕੁਮਾਰ ਵੀਰ ਕਾ ਇਸ ਤੋਂ ਇਲਾਵਾ ਜੈ ਕਿਸ਼ਨ ਸਿੰਘ ਹਰਜੀਤ ਗਰੇਵਾਲ ਆਰ ਆਰ ਪਾਰਤਵਾਜ ਵੀਰ ਕਾ ਸਾਹਿਬ ਮਤਲਬ ਖੇਤ ਮਜ਼ਦੂਰ ਜਿਹੜਾ ਹੈ ਅਥੀ ਉਧਰ ਬੀਜੇਪੀ ਗਰੇਵਾਲ ਸਾਹਿਬ ਕੋ ਚੱਲਦੇ ਆ ਗਰੇਵਾਲ ਸਾਹਿਬ ਖੇਤ ਮਜ਼ਦੂਰਾਂ ਦੀ ਜਦੋਂ ਗੱਲ ਆਉਂਦੀ ਹੈ ਜਾਂ ਫਿਰ ਕਿਸਾਨ ਦੀ ਗੱਲ ਆਉਂਦੀ ਹੈ ਗੱਲ ਕੀਮਤਾਂ ਤੇ ਆ ਕੇ اٹਕ ਜਾਂਦੀ ਹੈ ਮਤਲਬ ਕੀਮਤਾਂ ਨੂੰ ਲੈ ਕੇ ਕਿਉਂ ਬਾਰ-ਬਾਰ ਸਵਾਲ ਉੱਠਦੇ ਨੇ ਕਿਉਂ ਅਸੀਂ ਕਿਸਾਨ ਨੂੰ ਮਤਲਬ ਬਿਲਕੁਲ ਜਿਹੜਾ ਉਹਦੇ ਫਸਲਾਂ ਦੀ ਕੀਮਤਾਂ ਕਿਉਂ ਨਹੀਂ ਦੇ ਪਾ ਰਹੇ ਚੌਧਰੀ ਸਾਹਿਬ ਇਹਦੇ ਜਿਹੜੀ ਇੱਕ ਜ਼ਰੂਰੀ ਗੱਲ ਹੋਰ ਆ ਹਮ ਕਿ ਜਿਹੜੀ ਐਮਐਸਪੀ ਵੀ ਤੈਅ ਹੋ ਜਾਂਦੀ ਆ ਹਾਂਜੀ ਉਹ ਖਰੀਦ ਦੇ ਨਾਲ ਸ਼ੁਰੂ ਹੁੰਦੀ ਆ ਵਪਾਰੀਆਂ ਦੇ ਤੇ ਪੋਲਿਟਿਸ਼ੀਨ ਦੇ ਲੈਕਸਸ ਨੇ ਉਹਦੇ ਨਾਲ ਉਹ ਉਸ ਐਮਐਸਪੀ ਦੀ ਖਰੀਦ ਤੋਂ ਵੀ ਘੱਟ ਕਿਸਾਨ ਕੋਲੋਂ ਖਰੀਦੀ ਜਾਂਦੀ ਆ ਉਹ ਵੀ ਇੱਕ ਕ੍ਰਾਈਮ ਡਿਕਲੇਅਰ ਕਰਨਾ ਚਾਹੀਦਾ ਉਹ ਉਹ ਮੱਧ ਪ੍ਰਦੇਸ਼ ਸਰਕਾਰ ਨੇ ਹੁਣੇ ਕੀਤਾ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਬੇਰਕਾ ਸਾਹਿਬ ਨੂੰ ਗੁਜਾਰਿਸ਼ ਕਰੂੰਗਾ ਕਿ ਉਹ ਵੀ ਕਾਨੂੰਨ ਬਣਾਉਣ ਉਹ ਕਿਸਾਨ ਦੀ ਹਜ਼ਾਰਾਂ ਕਰੋੜ ਦੀ ਹਰ ਸਾਲ ਲੁੱਟ ਹੁੰਦੀ ਆ ਔਰ ਉਹਦਾ ਵੀ ਕਿਸਾਨ ਨੂੰ ਭੁਗਤਾਨ ਕਰਨਾ ਪੈਂਦਾ ਖਾਲੀ ਐਮਐਸਪੀ ਦੀ ਕੀਮਤ ਨਹੀਂ ਉਹਨੂੰ ਮਿਲਦੀ ਇਹ ਸਾਰੇ ਪੂਰਾ ਪੰਜਾਬ ਸੁਣ ਰਿਹਾ ਸਾਰੇ ਦਰਸ਼ਕ ਸੁਣ ਰਿਹਾ 10 ਸਾਲ ਵਿੱਚ ਬਣ ਜਾਂਦਾ ਤਾਂ ਜ਼ਿਆਦਾ ਵਧੀਆ ਰਹਿੰਦਾ ਸਾਰੀ ਆ ਗਰੀਬਾਂ ਦੀ ਨਹੀਂ ਪਾਇਆ ਆਪਣੀ ਗੱਲ ਹਾਂਜੀ ਹਾਂਜੀ ਮੈਂ ਕਹਿੰਦਾ 10 ਸਾਲ ਵਿੱਚ ਬਣ ਜਾਂਦਾ ਤਾਂ ਜ਼ਿਆਦਾ ਵਧੀਆ ਰਹ ਜਾਂਦਾ ਬਣਨਾ ਚਾਹੀਦਾ ਸੀ ਤਾਂ ਹੀ ਤਾਂ ਅਸੀਂ ਚਲੇਗੇ ਜੇ ਅਸੀਂ ਨਹੀਂ ਬਣਾਇਆ ਅੱਛਾ ਜੀ ਦੇਖੋ ਅਸੀਂ ਚਲੇ ਗਏ ਹੁਣ ਉਸ ਦੀ ਗੱਲ ਕਰਨ ਦੀ ਗੱਲ ਨਹੀਂ ਹੁਣ ਤਾਂ ਕਾਂਗਰਸ ਦੀ ਜਿਹੜੀ ਆਈ ਆ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਰੱਖੋ ਨਾ ਉਹਨਾਂ ਨਾਲ ਗੱਲ ਕਰੋ ਠੀਕ ਹੈ ਠੀਕ ਹੈ ਵੇਰਕਾ ਸਾਹਿਬ ਉਹ ਐਕਸੈਪਟ ਕਰ ਰਹੇ ਹੋ ਜੇ ਅਗਰ ਨਾਲ ਦੇਖਣ ਦਾ ਹੁਣ ਕੋਈ ਫਾਇਦਾ ਨਹੀਂ ਹੈ ਉਹ ਕਹਿੰਦੇ ਆ ਕਿ ਐਕਸੈਪਟ ਕਰ ਰਿਹਾ ਇਸ ਗੱਲ ਨੂੰ ਕਿ ਤੁਸੀਂ ਹੁਣ ਕੁਝ ਕਰੋ ਤੁਸੀਂ ਕੁਝ ਕਰੋ ਕਿਸਾਨਾਂ ਦੇ ਲਈ ਤੁਸੀਂ ਕਿਸਾਨਾਂ ਦੇ ਮਤਲਬ ਉਹਨਾਂ ਵਾਸਤੇ ਵਰਦਾਨ ਸਾਬਤ ਹੋ ਜਾ ਕੋ ਗਰੇਵਾਲ ਸਾਹਿਬ ਬੜੇ ਸਤਿਕਾਰਯੋਗ ਸਾਥੀ ਹੈ ਉਹਨਾਂ ਦਾ ਬਿਲਕੁਲ ਵਾਜਬ ਕਹਿਣਾ ਹੈਗਾ ਕਿ ਇਹਦੇ ਵਾਸਤੇ ਜੇ ਦੂਜੀਆਂ ਸਟੇਟਾਂ ਨੇ ਬੈਟਰ ਕਾਨੂੰਨ ਬਣਾਇਆ ਹੈ ਔਰ ਇਹ ਕਾਨੂੰਨ ਨੂੰ ਇਹ ਇਹ ਪੰਜਾਬ ਚ ਵੀ ਲਾਗੂ ਹੋਵੇ ਇਹਦੇ ਬਾਅਦ ਇਹਦੇ ਵਾਸਤੇ ਅਸੀਂ ਹਰ ਤਰ੍ਹਾਂ ਦਾ ਉਪਰਾਲਾ ਬਿਲਕੁਲ ਕਰਾਂਗੇ ਔਰ ਕਿਉਂਕਿ ਇਹਨਾਂ ਨੇ ਇੱਕ ਇਹ ਵੀ ਮੰਨ ਲਿਆ ਕਿ 10 ਸਾਲ ਕਿਉਂਕਿ ਉਹ ਸਰਕਾਰ ਰਹੀ ਹੈ ਅਗਰ ਕਿਸਾਨਾ ਕਿਸਾਨਾਂ ਦਾ ਨਹੀਂ ਠੀਕ ਤਰ੍ਹਾਂ ਧਿਆਨ ਰੱਖਿਆ ਗਿਆ ਇਸ ਲਈ ਚਲੀ ਗਈ ਔਰ ਦੂਸਰੀ ਮੈਂ ਗੱਲ ਕਵਾਂ ਹੁਣੇ ਫਸਲ ਇਕਾਈ ਸਾਡੇ ਸਾਹਮਣੇ ਔਰ ਉਹਦੇ ਵਾਸਤੇ ਅਸੀਂ ਕਿਸਾਨਾਂ ਨੂੰ ਮੰਡੀਆਂ ਚ ਰੂਲ ਨਹੀਂ ਦਿੱਤਾ ਬਾਖੂਪੀ ਉਸ ਫਸਲ ਨੂੰ ਚੁੱਕਿਆ ਔਰ ਚੰਗਾ ਸੁਝਾਅ ਕੋਈ ਵੀ ਆਵੇ ਉਹਦਾ ਸਵਾਗਤ ਹੈ ਲੇਕਿਨ ਗਰੇਵਾਲ ਸਾਹਿਬ ਸਤਿਕਾਰਯੋਗ ਇਹਨਾਂ ਨੇ ਸੁਝਾਅ ਦਿੱਤਾ ਉਸ ਗੱਲ ਨੂੰ ਜਰੂਰ ਅਸੀਂ ਬਾਕੀ ਸਟੇਟਾਂ ਤੋਂ ਵੀ ਪਤਾ ਕਰਾਂਗੇ ਬੈਟਰ ਹੋਏਗਾ ਉਹਨੂੰ ਜਰੂਰ ਅੱਜ ਵਧੀਆ ਗੱਲਾਂ ਹੋ ਰਹੀਆਂ ਵਧੀਆ ਗੱਲ ਸੁਝਾਅ ਜਿਹੜੇ ਨੇ ਉਹਨਾਂ ਨੂੰ ਐਕਸੈਪਟ ਕੀਤਾ ਜਾ ਰਿਹਾ ਮਤਲਬ ਅੱਜ ਵਧੀਆ ਗੱਲਾਂ ਹੋ ਰਹੀਆਂ ਆਰ ਆਰ ਭਰਦਵਾਜੀ ਤੁਸੀਂ ਕੁਝ ਕਹਿ ਰਹੇ ਸੀ ਤੁਸੀਂ ਵੀ ਸੁਝਾਅ ਕੁਝ ਕਾਂਗਰਸ ਵਾਲਿਆਂ ਨੂੰ ਦੇ ਦਿਓ ਮੈਂ ਇਹ ਕਹਿ ਰਿਹਾ ਸੀ ਹਮ ਕਿ ਇਹ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਹੋ ਰਹੀ ਹੈ ਹਮ ਔਰ ਹੁਣ ਕਿਸਾਨ ਮਜ਼ਦੂਰਾਂ ਦੀ ਕਲੇ ਕਮੇਟੀ ਦੀ ਗੱਲ ਹੋ ਰਹੀ ਹੈ ਹਮ ਇਹ ਜਿਹੜੀ ਕਰਜ਼ੇ ਦੀ ਗੱਲ ਹੈ ਇਹ ਦਰਸਲ ਇੱਕ ਸਿੰਪਟਮ ਹੈ ਡਿਜ਼ੀਜ਼ ਨਹੀਂ ਜੀ ਲੱਛਣ ਹੈ ਬਿਮਾਰੀ ਕੋਈ ਹੋਰ ਹੈ ਹਮ ਬਿਮਾਰੀ ਅਸਲੀ ਇਹ ਹੈ ਕਿ ਕਿਸਾਨੀ ਬਹੁਤ ਥੱਲੇ ਜਾ ਰਹੀ ਹੈ ਲਾਵੇ ਮੰਦ ਹੁਣ ਪੇਸ਼ਾ ਕਿਸਾਨੀ ਨਹੀਂ ਰਹਾ ਹਮ ਹੁਣ ਕਿਸਾਨੀ ਕਰਜ਼ਾ ਮਾਫ ਕਰਨ ਦੀ ਗੱਲ ਹੋਈ 1500 ਕਰੋੜ ਜਾਂ 9000 ਕਰੋੜ ਜਾਂ 7000 ਕਰੋੜ ਰੁਪਇਆ ਤੁਸੀਂ ਰਖਵੀ ਲਿਆ ਹਮ ਕੀ ਉਸ ਦੇ ਨਾਲ ਕਿਸਾਨੀ ਮਜ਼ਬੂਤ ਹੋ ਜਾਣੀ ਹੈ ਹਮ ਕੀ ਉਸ ਦੇ ਨਾਲ ਕਰਜ਼ਾ ਖਤਮ ਹੋ ਜਾਣਾ ਹੈ 2 ਸਾਲ 3 ਸਾਲ ਬਾਅਦ ਵੀ ਕਰਜ਼ਾ ਦੁਬਾਰਾ ਮੁੜ ਕੇ ਨਹੀਂ ਆਣਾ ਹਮ ਕੀ ਇਸ 9000 ਜਾਂ 1500 ਕਰੋੜ ਰੁਪਏ ਨੂੰ ਖਰਚ ਕਰਕੇ ਹਮ ਤੁਸੀਂ ਜਿਹੜੇ ਫੈਕਟਰੀ ਦੇ ਮਜ਼ਦੂਰ ਹੈ ਉਹਨਾਂ ਦੀ ਖੁਸ਼ਹਾਲੀ ਵੀ ਲਾ ਸਕਦੇ ਹੋ ਜੀ ਕੀ ਤੁਸੀਂ ਪੰਜਾਬ ਦੇ ਵਿੱਚ ਟੋਟਲ ਖੁਸ਼ਹਾਲੀ ਲਾ ਸਕਦੇ ਹੋ ਜਿਹੜੀ ਕਿ ਹੋਣੀ ਚਾਹੀਦੀ ਹੈ ਜੀ ਮਸਲੇ ਇਸ ਤਰ੍ਹਾਂ ਦੇ ਹੈ ਕਮੇਟੀ ਤੁਸੀਂ ਬਣਾਈ ਹੈ ਮੈਂ ਇਹ ਕਹਿੰਦਾ ਕਮੇਟੀ ਬਣਾਈ ਕਮੇਟੀ ਨੇ ਰეკਮੈਂਡੇਸ਼ਨ ਵੀ ਦੇ ਦੇਣੀ ਹੈ ਠੀਕ ਹੈ ਜੀ ਉਹਨੇ ਇਹ ਵੀ ਕਹਿ ਦੇਣਾ ਕਿ ਤੁਸੀਂ ਇਹ ਕਰ ਲੋ ਉਹ ਕਰ ਲੋ ਕੀ ਸਰਕਾਰ ਦੇ ਕੋਲ ਅੱਜ ਦੀ ਤਾਰੀਖ ਦੇ ਵਿੱਚ ਬਜਟ ਦੇ ਵਿੱਚ ਪੈਸਾ ਹੈ ਇਸ ਕੰਮ ਨੂੰ ਕਰਨ ਲਈ ਕੀ ਉਹਨਾਂ ਨੇ ਜਦੋਂ ਕਮੇਟੀ ਦੀ ਰਿਪੋਰਟ ਆ ਜਾਣੀ ਹੈ ਉਹਨਾਂ ਨੇ ਰੋਲਾ ਨਹੀਂ ਪਾਣਾ ਕਿ ਤੁਸੀਂ ਹੁਣ ਕਮੇਟੀ ਦੀ ਰਿਪੋਰਟ ਵੀ ਆ ਗਈ ਤੁਸੀਂ ਪ੍ਰੋਵਾਈਡ ਕਰੋ ਪੈਸਾ ਮੈਂ ਇਹ ਕਹਿੰਦਾ ਕਿ ਇਹ ਪੋਲਿਟਿਕਲ ਜਿਹੜੀ ਡਿਸੀਜਨਸ ਹੈ ਇਹ ਪੋਲਿਟਿਕਲ ਡਿਸੀਜਨ ਲੈਣੇ ਪੈਂਦੇ ਆ ਪਾਰਟੀਆਂ ਨੂੰ ਪਾਵਰ ਦੇ ਵਿੱਚ ਰਹਿਣਾ ਠੀਕ ਹੈ ਠੀਕ ਹੈ ਠੀਕ ਹੈ ਪਰ ਦਵਾ ਸਾਹਿਬ ਇਹ ਗੱਲ ਹੈ ਅਸੀਂ ਅੱਜ ਦੀ ਅੱਜ ਦੀ ਗੱਲਾਂ ਵਿਚਾਰ ਜੈਕਿਸ਼ਨ ਜੀ ਨਹੀਂ ਇੱਕ 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 ਮਿੰਟ ਹਾਂਜੀ ਇਸ ਨਹੀਂ ਨਹੀਂ ਇਸ ਵੇਲੇ ਮੈਂ ਮੈਂ ਉਹ ਕਹਿੰਦਾ ਕਿ ਪੋਲਿਟੀਕਲ ਪਾਰਟੀਆਂ ਨੂੰ ਪਾਵਰ ਵਿੱਚ ਰਹਿਣਾ ਜ਼ਿਆਦਾ ਇੰਪੋਰਟੈਂਟ ਹੈ ਸਟੇਟ ਦਾ ਇੰਟਰਸਟ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਇੰਪੋਰਟੈਂਟ ਜੀ 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 ਤੁਸੀਂ ਕਹਿ ਰਹੇ ਹੋ ਕਮੇਟੀ ਤੇ ਕਮੇਟੀ ਕਮੇਟੀ ਤੇ ਕਮੇਟੀ ਕਿਤੇ ਉਹ ਗੱਲ ਨਾ ਹੋ ਜਾਵੇ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਕੀ ਅਜੇ ਹੀ ਗੱਲ ਹੈ ਕਿ ਜੈਕਿਸ਼ਨ ਜੀ ਇਹ ਇਹ ਜਿਹੜੇ ਫੈਸਲੇ ਆ ਇਹ ਜਿਹੜੇ ਫੈਸਲੇ ਪੋਲਿਟੀਕਲੀ ਮੋਟੀਵੇਟਿਡ ਫੈਸਲੇ ਹੈ ਉਹੀ ਕਹਿ ਰਹੇ ਆ ਜੈ ਕਿਸ਼ਨ ਜੀ ਤੁਸੀਂ ਵੀ ਆਪਣੇ ਰਾਏ ਦੇ ਦਿਓ ਕੀ ਉਹ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਉਹ ਤਾਂ ਨਹੀਂ ਹੈ ਕਿ ਕਮੇਟੀ ਤੇ ਕਮੇਟੀ ਕਮੇਟੀ ਤੇ ਕਮੇਟੀ ਮੈਂ ਮੈਂ ਨਹੀਂ ਮੈਂ ਉਹੀ ਗੱਲ ਕਰਨ ਜਾ ਰਿਹਾ ਜੀ ਹਾਂਜੀ ਅ ਅੱਜ ਇਹਨਾਂ ਨੇ ਸਤਕਾਰ ਜੋ ਸਾਡੇ ਵੱਡੇ ਵੀਰ ਜੀ ਨੇ ਕਿਹਾ ਕਿ ਸਾਡੇ ਫైనాన్స్ ਮਿਨਿਸਟਰ ਜੀ ਕੋ ਆਕੇ ਤੁਸੀਂ ਪੁੱਛ ਲਿਓ ਪਰ ਮੈਂ ਦੱਸਣਾ ਵੀ ਨਾਲੇ ਚਾਹਨਾ ਆ ਕਿ ਅੱਜ ਸਿਰਫ ਅਸੀਂ ਨਹੀਂ ਪੁੱਛਣਾ ਚਾਹੁੰਦੇ ਪੂਰੇ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਜੇਕਰ ਇਹ ਬਜਟ ਵਿੱਚ ਕਲੀਅਰਲੀ ਕਰ ਸਕੇ ਹੁਣ ਇੱਥੇ ਵੀ ਕਲੀਅਰ ਕਰ ਸਕਦੇ ਆ ਹਾਕੀ ਵੀ ਪੁੱਛ ਲਾਂਗੇ ਪਰ ਉਹਦੇ ਨਾਲ ਨਾਲ ਗੱਲ ਇਹ ਹੈ ਕਿ ਅੱਜ ਲੋਕ ਅਸੀਂ ਫਸਲ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਕਿ ਕਿਸਾਨਾਂ ਤੇ ਕਰਜ਼ਾ ਚੜਿਆ ਕਿਉਂ ਅੱਜ ਮਜ਼ਦੂਰਾਂ ਤੇ ਕਿਸਾਨਾਂ ਤੇ ਇੰਨਾ ਜਿਹੜਾ ਆ ਬੋਝ ਪਿਆ ਕਿਉਂ ਅੱਜ ਜਦੋਂ ਕਿਸਾਨ ਕਿਸਾਨੀ ਆਪਾਂ ਗੱਲ ਕਰਦੇ ਆ ਕਿ ਲਾਹੇਵੰਦ ਧੰਦਾ ਨਹੀਂ ਰਿਹਾ ਅੱਜ ਗੜਸ਼ੰਕਰ ਬਲਾਕ ਦੇ ਵਿੱਚ ਜੇਕਰ ਗੱਲ ਕਰ ਲੈਂਦੇ ਹੁਸ਼ਿਆਰਪੁਰ ਜਿਹੜੇ ਦੇ ਵਿੱਚ 330 ਹਕਟੇਰ ਜਿਹੜਾ ਏਰੀਆ ਆ ਉਹ ਬਾਗਬਾਨੀ ਦਾ ਏਰੀਆ ਆ ਪਰ ਉਹਦੇ ਵਿੱਚ ਅੱਧੇ ਤੋਂ ਵੱਧ ਜਿਹੜੇ ਬਾਗ ਪੁੱਟੇ ਜਾ ਰਹੇ ਆ ਅੱਜ ਐਡੀਓਸ ਦੇ ਜਿਹੜੀਆਂ ਪੰਜਾਬ ਦੇ ਵਿੱਚ ਅਸਾਮੀਆਂ ਆ 934 ਦੇ ਵਿੱਚੋਂ 634 ਅਸਾਮੀਆਂ ਖਾਲੀ ਨੇ ਜਿਨ੍ਹਾਂ ਨੇ ਜਾ ਕੇ ਕਿਸਾਨਾਂ ਨੂੰ ਦੱਸਣਾ ਗਾਈਡ ਕਰਨਾ ਕਿ ਤੁਸੀਂ ਆਹ ਬੀਜਣਾ ਹੈ ਇਹਦੀ ਮਾਰਕੀਟ ਦਾ ਆਹ ਟ੍ਰੈਂਡ ਹੈ ਪਰ ਇਹਨਾਂ ਗੱਲਾਂ ਵੱਲ ਕਿਸਾਨ ਦਾ ਕੋਈ ਧਿਆਨ ਨਹੀਂ ਜਦੋਂ ਅਸੀਂ ਕੁਐਸਚਨ ਕਰਦੇ ਆ ਉੱਥੇ ਉਹ ਕਹਿੰਦੇ ਜੀ ਕਿਸਾਨ ਆਪਣੇ ਇਹ ਗਵਰਨਮੈਂਟ ਕੋਟ ਫੰਡ ਹੈ ਨਹੀਂ ਕਿ ਨਵੇਂ ਐਮਪਲਾਈਸ ਰੱਖਣ ਨੂੰ ਨੌਕਰੀਆਂ ਦੇਣ ਨੂੰ ਪਰ ਗੱਲ ਕਰਦੇ ਆ ਮੰਰੇਗਾ ਦੀ ਗੱਲ ਕਰਦੇ ਆ ਜੇਕਰ ਜਿੱਦਾਂ ਹੋਰ ਸਟੇਟਾਂ ਦੇ ਵਿੱਚ ਕਈਆਂ ਦੇ ਵਿੱਚ ਜਿਹੜੇ ਮੰਰੇਗਾ ਆ ਉਹ ਬਾਗਬਾਨੀ ਵੀ ਵਿੱਚ ਐਡ ਕੀਤਾ ਹੋਇਆ ਹੈ ਜੇਕਰ ਬਾਗਬਾਨੀ ਦੇ ਵਿੱਚ ਮੰਰੇਗਾ ਐਡ ਹੋ ਜਾਂਦੀ ਹੈ ਸੈਂਟਰ ਸਰਕਾਰ ਪੈਸੇ ਭੇਜਦੀ ਹੈ ਉਹਦੇ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਹੈ ਤੇ ਮਜ਼ਦੂਰਾਂ ਨੂੰ ਵੀ ਫਾਇਦਾ ਹੈ ਜੇਕਰ ਕਿਸੇ ਕਿਸਾਨ ਦੇ ਕੋਲ ਆਪਣੇ 2-4 ਕਿੱਲੇ ਨੇ ਉਹ ਸਬਜ਼ੀ ਦੀ ਆਰਗੇਨਿਕ ਖੇਤੀ ਕਰਨਾ ਚਾਹੁੰਦਾ ਹੈ ਜਾਂ ਕੋਈ ਬਾਗਬਾਨੀ ਕਰਨਾ ਚਾਹੁੰਦਾ ਹੈ। ਸਰਕਾਰ ਵੱਲੋਂ ਉਹ ਮੁਰਿਗਾ ਵਾਲੇ ਜਿਹੜੇ ਵਿਅਕਤੀ ਨੇ ਇੱਕ ਤਰ੍ਹਾਂ ਅੱਜ ਬਿਲਕੁਲ ਕੰਸਟਰਕਟਿਵ ਗੱਲਾਂ ਹੋ ਰਹੀਆਂ ਐ। ਕੰਮ ਮਿਲ ਜੇਗਾ। ਅੱਜ ਬਿਲਕੁਲ ਕੰਸਟਰਕਟਿਵ ਗੱਲਾਂ ਹੋ ਰਹੀਆਂ ਐ। ਮਤਲਬ ਹਾਲ ਦੇ ਵੱਲ, ਮੁੱਦਿਆਂ ਦੇ ਵੱਲ ਅਸੀਂ ਡਿਸਕਸ਼ਨ ਕਰ ਰਹੇ ਆ। ਸਰ ਥੈਂਕ ਯੂ। ਹਾਂਜੀ। ਅਸੀਂ ਤਾਂ ਆਮ ਦੇ ਆਮ ਲੋਕਾਂ ਨੇ ਸਾਨੂੰ ਭੇਜਿਆ ਹੀ ਲੜਨ ਲਈ ਨਹੀਂ ਭੇਜਿਆ। ਸਾਡੇ ਅੱਜ ਤੁਸੀਂ ਨਹੀਂ ਸਾਰੇ ਕੰਸਟਰਕਟਿਵ ਗੱਲਾਂ ਕਰ ਰਹੇ ਆ ਬੀਜੇਪੀ ਵਾਲੇ ਵੀ ਆਪਣਾ ਪੰਜਾਬ ਪਾਰਟੀ ਵਾਲੇ ਕਾਂਗਰਸ ਵਾਲੇ ਵੀ ਐਕਸੈਪਟ ਕਰ ਰਹੇ ਆ ਕਿ ਹਾਂ ਜੀ ਅਸੀਂ ਸਾਰੇ ਮਤਲਬ ਇਹਨਾਂ ਸੁਝਾਵਾਂ 'ਤੇ ਗੌਰ ਕਰਾਂਗੇ ਮਿਰਕਾ ਸਾਹਿਬ ਇਹ ਜਿਹੜੀ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਉਧਰ ਬੀਜੇਪੀ ਵਾਲੇ ਕਹਿ ਰਹੇ ਨੇ ਮੈਂ ਜਿਹੜੀ ਤੁਹਾਡੇ ਜ਼ਰੀਏ ਤੁਹਾਡੇ ذریعے ਜਿਹੜੀ ਮੈਂ ਗੱਲ ਅੱਜ ਕਰਨੇ ਜਾ ਰਿਹਾ ਮੈਂ ਵਿਧਾਨ ਸਭਾ ਚ ਗੱਲ ਕਰਨੀ ਸੀ ਪਰ ਉੱਥੇ ਤਾਂ ਸਾਨੂੰ ਟਾਈਮ ਹੀ ਨਹੀਂ ਦਿੰਦੇ ਤਾਂ ਉਹਨੂੰ ਬੋਲਣ ਦਿੰਦੇ ਆ ਅੱਜ ਇੱਥੇ ਟਾਈਮ ਲੈ ਲਓ ਜਲਦੀ ਉਹਨਾਂ ਨੂੰ ਕੀ ਪਤਾ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਨੂੰ 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 ਗੱਲ ਕਰਨੀ ਵੀ ਆਂਦੀ ਹੈ ਸਾਨੂੰ ਕਰਨਾ ਵੀ ਆਂਦਾ ਸਾਨੂੰ ਖੜਨਾ ਵੀ ਆਂਦਾ ਸਾਨੂੰ ਲੜਨਾ ਵੀ ਆਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਆਪਣੇ ਕੋਈ ਨਿੱਜੀ ਖੇਤਾਂ ਲਈ ਨਹੀਂ ਮੰਗਦੇ ਕਿ ਮੇਰੇ ਖੇਤ ਨੇ ਦੇ ਉੱਥੇ ਮੈਨੂੰ ਠੀਕ ਹੈ ਠੀਕ ਹੈ ਠੀਕ ਹੈ ਵੇਰਕਾ ਸਾਹਿਬ ਵੇਰਕਾ ਸਾਹਿਬ ਹੁਣ ਰੋਡ ਮੈਪ 'ਤੇ ਆਖਰੀ ਟਾਈਮ ਰਹਿ ਗਿਆ ਆਖਰੀ 5-10 ਮਿੰਟ ਰਹਿ ਗਿਆ ਆਖਰੀ 5-10 ਮਿੰਟ ਰਹਿ ਗਿਆ ਆਖਰੀ 5-10 ਮਿੰਟ ਜਲਦੀ 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 ਦੇ ਨਾਲ ਜਿਆ ਕਿਸਨ ਜੀ ਅਸੀਂ ਵੇਰਕਾ ਸਾਹਿਬ ਕੋਚਾ ਵੇਰਕਾ ਸਾਹਿਬ ਜੀ ਕਮੇਟੀ ਜਿਹੜੀ ਹੈ ਪਹਿਲਾਂ ਵੀ ਕਿਸਾਨਾਂ ਦੇ ਕਰਜ਼ੇ ਬਾਰੇ ਬਣੀ ਤੇ ਉਸ ਨੂੰ ਲੈ ਕੇ ਕੁਝ ਸਵਾਲ ਵੀ ਉੱਠੇ ਟੀਹਕ ਕਮੇਟੀ ਕਿ ਟਾਈਮਿੰਗ ਹੋਰ ਟਾਈਮ ਚਾਹੀਦਾ ਹੈ ਅੰਤਰੀਮ ਰਿਪੋਰਟ ਹੈ ਹੋਰ ਟਾਈਮ ਚਾਹੀਦਾ ਹੈ ਇਹਨਾਂ ਨੂੰ ਹੋਰ ਟਾਈਮ ਦਿਓ ਜੂਨ ਦੇ ਪਹਿਲੇ ਹਫਤੇ ਚ ਦੇਣੀ ਸੀ ਫਿਰ ਬਹੁਤ ਸਾਰੇ ਸਵਾਲ ਉੱਠੇ ਤੇ ਜਿਹੜੀ ਇਹ ਖੇਤ ਮਜ਼ਦੂਰਾਂ ਵਾਲੀ ਕਮੇਟੀ ਹੈ ਜਦੋਂ ਸਾਡੇ ਕੋਲ ਗੱਲ ਇਹ ਵੀ ਹੈ ਕਿ ਖੇਤ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਉਹ ਕਿਸਾਨ ਦੁਕਾਨਦਾਰ ਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਜ਼ਿਆਦਾਤਰ ਚੱਕ ਦੇ ਰਹੇ ਤੇ ਫਿਰ ਕਿਵੇਂ ਜਲਦੀ ਜਲਦੀ ਇਹ ਕਮੇਟੀ ਕੰਮ ਕਰੇਗੀ ਜਦੋਂ ਟੀ ਹੱਕ ਕਮੇਟੀ ਜਿਹੜੀ ਕਿਸਾਨਾਂ ਦਾ ਕਰਜ਼ਾ ਫਾਈਂਡ ਆਊਟ ਕਰਨਾ ਸੀ ਬੈਂਕਾਂ ਵਾਲਾ ਕੋਆਪਰੇਟਿਵ ਸੁਸਾਇਟੀਆਂ ਵਾਲਾ ਉਹ ਨੂੰ ਇੰਨਾ ਟਾਈਮ ਲੱਗ ਗਿਆ ਤੇ ਇਹ ਕਮੇਟੀ ਕਿਸ ਰੋਡ ਮੈਪ ਤੇ ਕਿਸ ਟਾਈਮਿੰਗ ਦੇ ਨਾਲ ਕਿਸ ਟਾਰਗੇਟ ਦੇ ਨਾਲ ਕੰਮ ਕਰੇਗੀ ਸੋ ਵੀ ਇਹਦਾ ਅਸੀਂ ਆਲਰੇਡੀ ਸਰਵੇ ਕਈ ਤਰ੍ਹਾਂ ਤੋਂ ਕਰ ਰਹੇ ਆ ਕਰਵਾ ਰਹੇ ਆ ਔਰ ਉਹਦੇ ਬਾਅਦ ਸੇ ਜਿਹੜੀ ਜਿਹੜੇ ਸਾਡੇ ਮਜ਼ਦੂਰ ਹੈ ਖੇਤ ਮਜ਼ਦੂਰ ਹੈ ਉਹਦੇ ਕਰਜ਼ੇ ਤਿੰਨ ਤਰ੍ਹਾਂ ਚਾਰ ਤਰ੍ਹਾਂ ਦੇ ਆ ਇਹ ਕਰਜ਼ਾ ਹੈਗਾ ਜਿਹੜੀਆਂ ਉੱਥੇ ਸੁਸਾਇਟੀ ਹੁੰਦੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਉਹ ਕਿਸਾਨ ਜਿਹੜਾ ਮਜ਼ਦੂਰ ਹੈ ਉਸ ਤੋਂ 5000 10000 ਰੁਪਿਆ ਉਹ ਜਾ ਉਹਨਾਂ ਨੇ ਕਰਜ਼ਾ ਲਿਆਦਾ ਦੂਸਰਾ ਉਹਨਾਂ ਨੇ ਕੁਛ ਕਰਜ਼ਾ ਲਿਆਦਾ ਕੋਆਪਰੇਟ ਬੈਂਕਾਂ ਤੋਂ ਉੱਪਰੋਂ ਕਰਜ਼ਾ ਲਿਆਦਾ ਕੁਛ ਉਹਨਾਂ ਨੇ ਪ੍ਰਾਈਵੇਟ ਲੋਕਾਂ ਤੋਂ ਕਰਜ਼ਾ ਲਿਆਦਾ ਪ੍ਰਾਈਵੇਟ ਲੋਕਾਂ ਦਾ ਕਰਜ਼ਾ ਕਿੰਨਾ ਆ ਇਸ ਦੀ ਜਾਣਤੀ ਜ਼ਰੂਰਤ ਹੈ ਲੇਕਿਨ ਫੌਰੀ ਤੌਰ ਦੇ ਉੱਪਰ ਜਿਹੜੀਆਂ ਸੁਸਾਇਟੀਆਂ ਦਾ ਕਰਜ਼ਾ ਹੈ ਕਿਉਂਕਿ ਉਹ ਗਵਰਨਮੈਂਟ ਨਾਲ ਸੰਬੰਧਤ ਹੈ ਕੋਆਪਰੇਟ ਬੈਂਕ ਗਵਰਨਮੈਂਟ ਨਾਲ ਸੰਬੰਧਤ ਹੈ ਅਸੀਂ ਫੌਰੀ ਤੌਰ ਤੇ ਉਹਨੂੰ ਵੇਵ ਕਰਨ ਜਾ ਰਹੇ ਹਾਂ ਔਰ ਉਹ ਰੀਲੀਫ ਜਿਹੜੀ ਆ ਫੌਰੀ ਤੌਰ ਤੇ ਮਿਲੇਗੀ ਇਸ ਗੱਲ ਦਾ ਚਿੰਤਾ ਨਾ ਕਰੋ ਜੀ ਅੱਛਾ ਵੇਰਕਾ ਸਾਹਿਬ ਮਤਲਬ ਜਿਵੇਂ ਹੀ ਲੋਨ ਵੇਵਰ ਦੀ ਗੱਲ ਹੁੰਦੀ ਹੈ ਜਿਵੇਂ ਹੀ ਕੈਪਟਨ ਸਾਹਿਬ ਨੇ ਸਾਡੇ ਨਾਲ ਦਿਨੇਸ਼ ਸ਼ਰਮਾ ਜੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਦੱਸਿਆ ਕੁਝ ਡਾਊਟਸ ਕਲੀਅਰ ਕੀਤੇ ਉਵੇਂ ਹੀ ਸਾਨੂੰ ਫੋਨ ਕਾਲਸ ਫੇਸ ਤੇ ਟਵਿੱਟਰ ਤੇ ਮੈਸੇਜ ਆਨੇ ਸ਼ੁਰੂ ਹੋ ਜਾਂਦੇ ਕਿ ਹਾਂ ਜੀ ਹਾਂ ਜੀ ਕੀ ਰਾਹ ਨਿਕਲ ਰਿਹਾ ਹੈ ਤੇ ਤੁਸੀਂ ਵੀ ਅੱਜ ਕੁਝ ਰਾਹ ਦੱਸ ਦਿਓ ਕਿਵੇਂ ਮਤਲਬ ਤੁਸੀਂ ਇਹ ਦੱਸ ਰਹੇ ਹੋ ਕਿ ਕੋਆਪਰੇਟਿਵ ਏਜੰਸੀਆਂ ਵਾਲਾ ਜਿਹੜਾ ਹੈ ਉਸ ਵੱਲ ਅਸੀਂ ਜਲਦੀ ਲੋਨ ਵੇਵਰ ਬਾਲ ਵਦਾਂਗੇ ਥੋੜੀ ਜਿਹੀ ਹੋਰ ਕਲੈਰਟੀ ਦੇ ਦਿਓ ਫਿਰ ਮਤਲਬ ਜਿਹੜੇ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਚ ਕੋਨੇ ਕੋਨੇ ਚ ਬਿਲਕੁਲ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੁਮਿਤ ਮੈਂ 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 ਬਿਲਕੁਲ ਠੀਕ ਕਹਿ ਰਹੇ ਤੁਸੀਂ ਅੱਛਾ ਲੱਗਦਾ ਹੈ ਕਿ ਉਹ ਉਹਨਾਂ ਲੋਕਾਂ ਤੱਕ ਇਹ ਇਨਫਾਰਮੇਸ਼ਨ ਪਹੁੰਚਣੀ ਚਾਹੀਦੀ ਹੈ ਕਿ ਜਿਹਨਾਂ ਕਿਉਂਕਿ ਉਹ ਉਥੇ ਪਿੰਡਾਂ ਚ ਸੁਸਾਇਟੀਆਂ ਹੁੰਦੀਆਂ ਜੀ ਸੁਸਾਇਟੀਆਂ ਤੋਂ ਉਹਨਾਂ ਨੇ ਕਰਜ਼ਾ ਲਿਆਦਾ ਔਰ ਕੋਰਪੋਰੇਟ ਬੈਂਕਾਂ ਤੋਂ ਉਹਨਾਂ ਨੇ ਕਰਜ਼ਾ ਲਿਆਦਾ ਜਿਹੜੀ ਅਸੀਂ ਕਮੇਟੀ ਦੀ ਗੱਲ ਕਰਦੇ ਪਏ ਆ ਉਹ ਉਹਦੇ ਵਾਸਤੇ ਜਿਹੜੀ ਪਹਿਲੀ ਕਮੇਟੀ ਕਿਸਾਨਾਂ ਦੀ ਬਣੀ ਹੈ ਉਹਦੇ ਵਿੱਚ ਕਾਫੀ ਕੁਝ ਡਰਾਫਟ ਹੋ ਕੇ ਸਾਹਮਣੇ ਆ ਗਿਆ ਦਾ ਇੱਕ ਵੀਕ ਦੇ ਵਿੱਚ ਉਹ ਜਿਹੜੇ ਜਿਹੜੇ ਸਾਡੇ ਇਸ ਕਮੇਟੀ ਨੂੰ ਹੈਡ ਕਰ ਰਿਹਾ ਬਹੁਤ ਸਤਿਕਾਰਯੋਗ ਐਕਸਪੀਰੀਅੰਸ ਹੈਂਡ ਆਦਮੀ ਹੈ ਜਿਹਨੇ ਪਲੈਨਿੰਗ ਕਮਿਸ਼ਨ ਦੇ ਵਿੱਚ ਸਾਰਾ ਕੰਮ ਕੀਤਾ ਹੋਇਆ ਹੈ ਔਰ ਜਿੱਥੋਂ ਤੱਕ ਇਹਨਾਂ ਦਾ ਇਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਜੀ ਪੰਜਾਬੀ ਦੇ ਮਾਦਿਆਂ ਨਾਲ ਉਹਨਾਂ ਉਹਨਾਂ ਮਜ਼ਦੂਰਾਂ ਨੂੰ ਇਹ ਕੱਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਸੁਸਾਇਟੀਆਂ ਦਾ ਕਰਜ਼ਾ ਹੈਗਾ ਜਿਹੜਾ ਦੂਸਰਾ ਕਰਜ਼ਾ ਹੈ ਅਸੀਂ ਰਜਿਸਟਰਡ ਸੁਸਾਇਟੀ ਨੂੰ ਵੀ ਕਹਿੰਦਾ ਹੈ ਬਈ ਤੂੰ ਆਪਣੇ ਸਾਰੇ ਅੰਕੜੇ ਤਿਆਰ ਕਰ ਲੈ ਅਸੀਂ ਕੋਰਪੋਰੇਟ ਬੈਂਕਾਂ ਨੂੰ ਵੀ ਕਹਿੰਦਾ ਹੈ ਬਈ ਇਹਦੇ ਅੰਕੜੇ ਤਿਆਰ ਕਰਕੇ 3 ਦਿਨ ਦੇ ਵਿੱਚ ਦੇ ਦਿਓ ਬੜੀ ਜਲਦੀ ਹੀ ਤੁਸੀਂ ਦੇਖੋ ਕਿ ਇਹ ਇਹ ਗਰਾਊਂਡ ਦੇ ਉੱਤਰ ਨਾਲੀਆਂ ਚੀਜ਼ਾਂ ਲੇਕਿਨ ਤੁਸੀਂ ਇਸ ਗੱਲ ਦਾ ਸ਼ਾਬਾਸ਼ੀ ਦਿਓ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਯਾਰ ਇਹ ਸਾਰਾ ਰੁਲਿਆ ਹੋਇਆ ਸਿਸਟਮ ਹੈ ਉਹਦੇ باوجود ਵੀ ਕਿਸ ਤਰ੍ਹਾਂ ਇਹ ਰਿਲੀਫ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਸਿਸਟਮ ਨਾਲ ਨਿਪਟ ਰਹੇ ਆ ਇਹਦੇ ਇਹਦੇ ਵਾਸਤੇ ਹੌਸਲਾ ਦੇਣਾ ਚਾਹੀਦਾ ਨਿਖੇਦੀ ਨਹੀਂ ਕਰਨੀ ਚਾਹੀਦੀ ਚਲੋ ਠੀਕ ਹੈ ਉਹ ਤਾਂ ਜਨਤਾ ਦੇ ਹੱਥ ਹੈ ਕਿ ਉਹ 5 ਸਾਲ ਬਾਅਦ ਕਿਹਨੂੰ ਹੌਸਲਾ ਦੇਵੇਗੀ ਜਾਂ ਫਿਰ ਜਿਹੜੇ ਵਿੱਚ ਬਚਾਲੇ ਲੋਕ ਸਭਾ ਇਲੈਕਸ਼ਨਸ ਹੋਣਗੇ ਕਿਹਨੂੰ ਹੌਸਲਾ ਦੇਗੀ ਉਹ ਜਨਤਾ ਦੇ ਹੱਥ ਹੈ ਉਹ ਚਾਬੀ ਉਹਦੇ ਕੋਲ ਹੀ ਹੈ ਇਹ ਨਹੀਂ ਤੁਸੀਂ ਕੁਝ ਕਰ ਸਕਦੇ ਬਾਕੀ ਜੈ ਕਿਸ਼ਨ ਜੀ ਜਿਹੜਾ ਰੋਡ ਮੈਪ ਹੀ ਵਿਖਾ ਰਹੇ ਹੈ ਹੁਣ ਇਹ ਖੇਤ ਮਜ਼ਦੂਰਾਂ ਬਾਰੇ ਵੀ ਇਹੀ ਕਹਿ ਰਹੇ ਕਿ ਜਿਹੜਾ ਏਜੰਸੀਆਂ ਕੋਲ ਜਾਂ ਕੋਆਪਰੇਟਿਵ ਏਜੰਸੀਆਂ ਕੋਲ ਜਿਹੜੇ ਦੇ ਲੋਨ ਸੌਣ ਕੇ ਫਸਟ ਅਸੀਂ ਉਹਨਾਂ ਨੂੰ ਲੋਨ ਬੇਵਰ ਕਰਾਂਗੇ ਮਤਲਬ ਫਿਰ ਮਾਮਲਾ ਥੋੜਾ ਜਿਹਾ ਫਸੂਗਾ ਖੇਤ ਮਜ਼ਦੂਰਾਂ ਦਾ ਜਿਹੜਾ ਕਿਸਾਨਾਂ ਤੋਂ ਦੁਕਾਨਦਾਰਾਂ ਤੋਂ ਜਾਂ ਫਿਰ ਰਿਸ਼ਤੇਦਾਰਾਂ ਤੋਂ ਜਿਹੜਾ ਕਰਜ਼ਾ ਉਹ ਤਾਂ ਕਿਤੇ ਅੰਕੜੇ ਹੁੰਦੇ ਨਹੀਂ ਜੈ ਕਿਸ਼ਨ ਜੀ ਅੱਜ ਕੱਲ ਕਰਦੇ ਨੇ ਕਿ ਅਸੀਂ ਵੈਰੀਫਾਈ ਕਰਾਂਗੇ ਕਿ ਉਹਨਾਂ ਦਾ ਕਿੰਨਾ ਕਰਜ਼ਾ ਹੈ ਫਿਰ ਚੈੱਕ ਕਰਾਂਗੇ ਫਿਰ ਪਤਾ ਕਰਾਂਗੇ ਫਿਰ ਪੈਸੇ ਅਰੇਂਜਮੈਂਟ ਕਰਾਂਗੇ ਫਿਰ ਮਾਫ ਕਰਾਂਗੇ ਜੀ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਹਿਲਾਂ ਮੈਨੀਫੈਸਟੋ ਲਿਖਤਾ ਕਿ ਅਸੀਂ ਮਾਫ ਕਰ ਦਾਂਗੇ ਬਿਨਾਂ ਕਿੜਿਆਂ ਤੋਂ ਕਰਤਾ ਬੜਾ ਆਪਣੇ ਮੰਡੀਆਂ ਦੇ ਵਿੱਚ ਜਾ ਕੇ ਫਾਰਮ ਭਰੇ ਕਿਥੋਂ ਦੱਸੋ ਜੀ ਤੁਹਾਡੇ ਕਿੰਨਾ ਕਰਜ਼ਾ ਆਪਾਂ ਮਾਫ ਕਰਦੇ ਆ ਇਹਨਾਂ ਨੇ ਬਿਨਾ ਰੋਡ ਮੈਪ ਤੈਅ ਕੀਤੇ ਹੀ ਬਿਨਾ ਚੈੱਕ ਕੀਤਾ ਹੀ ਕਹਿੰਦਾ ਕਿ ਅਸੀਂ ਮਾਫ ਕਰ ਦਾਂਗੇ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਬਰਦਵਾਤ ਸਾਹਿਬ ਹਾਂਜੀ ਉਹ ਜੀ ਮੈਂ ਇਹ ਕਹਿ ਰਿਹਾ ਸੀ ਹਾਂਜੀ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਬੜਾ ਮੌਕਾ ਮਿਲਿਆ ਮੇਰਾ ਸੋਭਾਗ ਹੈ ਕਿ ਉਹਨਾਂ ਦੇ ਨਾਲ 5 ਸਾਲ ਕੰਮ ਕਰਨ ਦਾ ਬਲਕਿ ਜਿਆਦਾ ਕੰਮ ਕਰਨ ਦਾ ਅੱਛਾ ਜੀ ਮੈਂ ਇਹ ਕਹਿੰਦਾ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਹਾਡੀ ਮਾਹਰਫਤ ਹਮ ਕਿ ਕਰਜ਼ਾ ਕਿਸਾਨਾਂ ਦਾ ਮਾਫ ਕਰਕੇ ਹਮ ਤੁਸੀਂ ਕਿਸਾਨਾਂ ਦੀ ਅਸਲੀ ਪ੍ਰੋਬਲਮ ਨੂੰ ਹੱਲ ਨਹੀਂ ਕਰੋਗੇ ਹਮ ਜੇ ਤੁਸੀਂ ਤੁਹਾਡੇ ਲਾਸਟ ਟਾਰਮ ਐ ਤੁਸੀਂ ਖੁਦ ਹੀ ਕਹਿੰਦੇ ਤੁਸੀਂ ਇਲੈਕਸ਼ਨ ਨਹੀਂ ਲੜਨਾ ਤੁਹਾਨੂੰ ਲੋਕ ਯਾਦ ਕਰਨਗੇ ਜੇ ਤੁਸੀਂ ਪੰਜਾਬ ਦੀ ਇਕਨੋਮੀ ਨੂੰ ਮਜ਼ਬੂਤ ਕਰੋ ਜੀ ਜਿਸ ਦੇ ਵਿੱਚ ਕਿਸਾਨ ਵੀ ਖੁਸ਼ ਰਹੇ ਵਪਾਰੀ ਵੀ ਖੁਸ਼ ਹੋਣ ਜਿਹਦੇ ਨਾਲ ਸਾਰੇ ਲੋਕ ਪੰਜਾਬ ਦੇ ਖੁਸ਼ ਹੋਣ ਬਿਲਕੁਲ ਉਹ ਮੈਸੇਜ ਪਹੁੰਚ ਗਿਆ ਹੈ ਤੁਹਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਜੀ ਹੋਰ ਉੱਪਰ ਉੱਠ ਕੇ ਤੁਹਾਨੂੰ ਫੈਸਲੇ ਲੈਣੇ ਪੈਣੇ ਔਰ ਮੈਂ ਸਮਝਦਾ ਕੈਪਟਨ ਸਾਹਿਬ ਇਸ ਕੰਮ ਨੂੰ ਕਰ ਸਕਦੇ ਬੜੇ ਬੋਲਡ ਹੈ ਬਿਲਕੁਲ ਬਿਲਕੁਲ ਇਸ ਚੀਜ਼ ਦੀ ਇਹ ਜਿਹੜਾ ਫੈਸਲਾ 1500 ਕਰੋੜ ਰੁਪਏ ਦਾ ਤੁਸੀਂ ਕੀਤਾ ਹੈ ਇਹ ਮਜਬੂਰੀ ਉਹਨਾਂ ਦੀ ਇਸ ਕਰਕੇ ਕੀਤੀ ਹੈ ਅੰਡਰ ਪ੍ਰੈਸ਼ਰ ਕਿ ਪਹਿਨੇ ਉਹਨਾਂ ਨੇ ਵਾਅਦਾ ਕੀਤਾ ਮੈਨੀਫੈਸਟੋ ਵਿੱਚ ਫਿਰ اپੋਜੀਸ਼ਨ ਨੇ ਰੌਲਾ ਪਾਇਆ ਕਿ ਤੁਸੀਂ ਕਿਉਂ ਨਹੀਂ ਪੂਰਾ ਕਰਦੇ ਉਹਨਾਂ ਨੂੰ ਮਜਬੂਰੀ ਵਿੱਚ ਇਹ ਫੈਸਲਾ ਕਰਨਾ ਪਿਆ ਪਰ ਇਸ ਤਰ੍ਹਾਂ ਦੀ ਮਜਬੂਰੀ ਕਿਸਾਨ ਮਜ਼ਦੂਰ ਦਾ ਵੀ ਹੋਣਾ ਹੈ ਅੱਗੇ ਹੋਰਾਂ ਦਾ ਹੋਣਾ ਹੈ ਨਤੀਜਾ ਇਹ ਹੋਵੇਗਾ ਕਿ ਪੈਸਾ ਵੀ ਖਰਚ ਹੋ ਜਾਣਾ ਜਿਆਦਾ ਲੋਕ ਦੁਖੀ ਹੋਣਗੇ ਕਮ ਲੋਕ ਖੁਸ਼ ਹੋਣਗੇ ਔਰ ਕਾਂਗਰਸ ਦੀ ਪੋਜੀਸ਼ਨ ਹੋਰ ਖਰਾਬ ਹੋਣੀ ਹੈ ਇਸ ਕਰਕੇ ਇਸ ਅਪਰੋਚ ਚਲੋ ਤੁਸੀਂ ਅਲਰਟ ਜਾਰੀ ਕਰ ਰਹੇ ਹੋ ਕਾਂਗਰਸ ਲਈ ਉਹ ਸੁਣ ਰਹੇ ਨੇ ਤੁਸੀਂ ਸੁਣ ਰਹੇ ਨੇ ਕੈਪਟਨ ਸਾਹਿਬ ਵੀ ਸੁਣ ਰਹੇ ਨੇ ਕਿ ਇਹਨਾਂ ਦੇ ਕਰਜ਼ਾ ਮਾਫ ਹੋਣਾ ਨਹੀਂ ਚਾਹੀਦਾ अच्छा ठीक है गरेवाल साहब गरेवाल साहब गरेवाल साहब मैं समझता कि कांग्रेस ठीक है ठीक हो है भारद्वाज जी भारद्वाज जी ठीक है ਗਰੀਵਲ ਸਾਹਿਬ ਇੱਥੇ ਗੱਲ ਇਹ ਹੈ ਕਿ ਹੁਣ ਵੀਰਕਾ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਏਜੰਸੀਆਂ ਵਾਲਾ ਹੈ ਜਿਹੜਾ ਰਿਕਾਰਡ ਔਨ ਰਿਕਾਰਡ ਗੱਲ ਇਹ ਹੈ ਔਨ ਰਿਕਾਰਡ ਜਿਹੜਾ ਖੇਤ ਮਜ਼ਦੂਰਾਂ ਦਾ ਹੋਵੇਗਾ ਉਹਦੇ ਬਾਰੇ ਕੀ ਪਹਿਲਾਂ ਵਧਿਆ ਜਾਵੇਗਾ ਫਿਰ ਖੇਤ ਮਜ਼ਦੂਰ ਦਾ ਜ਼ਿਆਦਾਤਰ ਕਰਜ਼ਾ ਕਿੱਥੋਂ ਆਂਦਾ ਇਹ ਤੁਹਾਨੂੰ ਵੀ ਪਤਾ ਹੈ ਇਹ ਫਿਰ ਕਮੇਟੀ ਜਿਹੜੀ ਹੈ ਕਿਸ ਪਾਸੇ ਤੁਰੇਗੀ ਤੁਹਾਨੂੰ ਕੀ ਉਮੀਦ ਹੈ ਦੇਖੋ ਚੌਇਸ ਸਾਹਿਬ ਇਹ ਗੱਲ ਇਹ ਹੈ ਕਿ ਜਿੰਨੇ ਸੀਮਤ ਸਾਧਨ ਇਸ ਵੇਲੇ ਪੰਜਾਬ ਸਰਕਾਰ ਕੋਲ ਨੇ ਹੂੰ ਜੋ ਉਹਨਾਂ ਨੇ ਉਹਦੇ ਚ ਅਨਾਉਂਸਮੈਂਟਸ ਘੋਸ਼ਨਾਵਾਂ ਕਰ ਦਿੱਤੀਆਂ ਨੇ ਉਹ ਇੰਪਲੀਮੈਂਟ ਹੋ ਜਾਣ ਤਾਂ ਬਹੁਤ ਅੱਛੀ ਗੱਲ ਆ ਦੂਸਰੀ ਗੱਲ ਇੱਕ ਜ਼ਰੂਰੀ ਗੱਲ ਜਿਹੜੀ ਕਰਨ ਵਾਲੀ ਹੈ ਕਿਸਾਨ ਵਾਸਤੇ ਔਰ ਖੇਤ ਮਜ਼ਦੂਰ ਲਈ ਹੋਏ ਆ ਕਿ ਆਰਥਿਕ ਮਾਹਿਰ ਔਰ ਐਗਰੀਕਲਚਰ ਦੀ ਜਿਹਨਾਂ ਕੋਲ ਐਕਸਪਰਟਿਜ਼ ਆ ਉਹ ਸਾਰੇ ਬੈਠ ਕੇ ਇਹ ਤੈਅ ਕਰਨ ਕਿ ਦੁਬਾਰਾ ਕਿਸਾਨ ਤੇ ਉਹ ਕਰਜ਼ਾ ਨਾ ਹੋਵੇ ਔਰ ਉਹਦੀ ਆਰਥਿਕ ਹਾਲਤ ਠੀਕ ਰਹੇ ਕਿਉਂਕਿ ਜੇ ਕਿਸਾਨ ਦੀ ਜੇਬ ਚ ਪੈਸਾ ਹੋਏਗਾ ਔਰ ਖੇਤ ਮਜ਼ਦੂਰ ਦੀ ਜੇਬ ਚ ਪੈਸਾ ਹੋਏਗਾ ਬੜੇ ਕੰਜ਼ਿਊਮਰ ਨੇ ਉਹ ਤਾ ਦੁਕਾਨਦਾਰ ਦੀ ਦੁਕਾਨ ਚੱਲੇਗੀ ਕਾਰਖਾਨੇਦਾਰ ਦਾ ਮਾਲ ਬਣੇਗਾ ਤੇ ਸਾਡੀ ਆਰਥਿਕਤਾ ਉੱਤੇ ਆਧਾਰਕ ਬੇਸ ਕਰਦੀ ਆ ਇਸ ਲਈ ਇਹ ਬਹੁਤ ਜ਼ਰੂਰੀ ਆ ਤੇ ਕਿਸਾਨ ਦੀ ਅੱਗੇ ਵੀ ਹਾਲਤ ਠੀਕ ਰਹੇ ਉਹਦੇ ਤੇ ਦੁਬਾਰਾ ਕਰਜ਼ਾਈ ਨਾ ਹੋਵੇ ਉਹਦੇ ਤੇ ਵਿਚਾਰ ਕਰਨਾ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਭਰਦਵਾਜ ਜੀ ਨੇ ਠੀਕ ਕਿਹਾ ਸੀ ਔਰ ਉਹ ਕਾਂਗਰਸ ਨੂੰ ਔਰ ਸਾਰੀਆਂ ਪਾਰਟੀਆਂ ਨੂੰ ਵੀ ਉਹਦੇ ਸਹਿਯੋਗ ਵੀ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਵੇਰਕਾ ਜੀ ਤੁਸੀਂ ਸਾਰਿਆਂ ਦੇ ਵਿਚਾਰ ਸੁਣ ਲਏ ਬਾਕੀ ਪਾਰਟੀਆਂ ਦੇ ਤੇ ਹੁਣ ਸਵਾਲ ਇਹੀ ਹੈ ਕਿ ਰੋਡਮੈਪ ਤੁਸੀਂ ਕਮੇਟੀਆਂ ਦਾ ਦੇ ਰਹੇ ਹੋ ਕਮੇਟੀ ਇਸ ਤਰੀਕੇ ਨਾਲ ਅਸੀਂ ਮੇਲੇ ਲਾਵਾਂਗੇ ਸਾਰੇ ਆਪਣੀ ਆਪਣੀਆਂ ਲਿਸਟਾਂ ਲੈ ਕੇ ਆਓ ਇੱਕ ਛੋਟਾ ਜਿਹਾ ਇੱਕ ਛੋਟੀ ਜੀ ਗੱਲ ਟਾਈਮ ਹੋ ਚੁੱਕਿਆ ਹੈ ਜਵਾਬ ਦੇ ਜਾਓ ਕਿ ਇਸ ਪਾਸੇ ਕਦੋਂ ਵਧਿਆ ਜਾਵੇ ਕਿਸਾਨ ਜਾਂ ਖੇਤ ਮਜ਼ਦੂਰ ਜਿਹੜਾ ਹੈ ਉਹਦੀ ਇਦਾਂ ਦੀ ਦੁਰਗਤੀ ਹੋਵੇ ਹੀ ਨਾ ਇਸ ਪਾਸੇ ਫਟਾਫਟ ਕਿਵੇਂ ਵਧਿਆ ਜਾਵੇਗਾ ਜਿਵੇਂ ਇਸ तमाम ਪੈਨਲਿਸਟ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਲਾਸਟ ਉਹਨਾਂ ਦੀ ਇਨਿੰਗ ਹੈ ਉਹਨਾਂ ਤੋਂ ਉਮੀਦ ਕਰ ਰਹੇ ਨੇ ਇਸ ਪਾਸੇ ਜਲਦੀ ਕਿਵੇਂ ਵਧਿਆ ਜਾਵੇਗਾ ਸਮੇਤ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਆ ਕਿ ਇੱਛਾ ਸ਼ਕਤੀ ਦੀ ਹਾਂਜੀ ਲੋਕਾਂ 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 ਦਾ ਰੋਲ ਮਾਡਲ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜਾਣੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਦਾ ਭਰੋਸਾ ਦੇ ਨਾਲ ਕਹਿ ਰਿਹਾ ਕਿ ਹੁਣੇ ਅੱਜ ਇੱਕ ਫਰਾਂਸ ਮਿਨਿਸਟਰ ਨੇ ਵਿਧਾਨ ਸਭਾ ਦੇ ਅੰਦਰ ਬਿਆਨ ਦਿੱਤਾ ਉਹਨਾਂ ਨੇ ਕਿਹਾ ਬਈ ਬਈ ਅਸੀਂ ਆ ਸਾਰੀਆਂ ਚੀਜ਼ਾਂ ਕਰਨ ਲੱਗਿਆ ਸਾਨੂੰ 3 ਸਾਲ ਚ ਅਸੀਂ ਵੇਵ ਕਰਨੀਆਂ ਸਾਰੀਆਂ ਹਾਲਾਤ ਖਰਾਬ ਰਹਿਣਗੇ ਔਰ ਚੌਥੇ ਸਾਲ ਅਸੀਂ ਇਹਨਾਂ ਨੂੰ ਇਨੇ ਜੋਗਾ ਕਰ ਦਾਂਗੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਤਾਂ ਕਿ ਅੱਗੇ ਤੋਂ ਇਹ ਜ਼ਰੂਰਤਾਂ ਹੀ ਨਾ ਪੈਣ ਅਸੀਂ ਇੱਕ ਮਾਹੌਲ ਤਿਆਰ ਕਰਕੇ ਦੇਾਂਗੇ ਅਸੀਂ ਇੱਕ ਇਹੀ ਲੀਡਰਸ਼ਿਪ ਕੈਂਪ ਕਰਕੇ ਦੇਾਂਗੇ ਕਿ ਪੰਜਾਬ ਜਿਹੜੀ ਆ ਫਿਰ ਖੁਸ਼ਹਾਲੀ ਵਾਲੇ ਪਾਸੇ ਆ ਜਾਏ 2021 ਦਾ ਸਮਾਂ ਦੇ ਰਹੇ ਤੁਸੀਂ 2021 ਪੰਜਾਬ ਦੇ ਕਿਸਾਨ ਪੰਜਾਬ ਦੇ ਖੇਤ ਮਜ਼ਦੂਰ ਪੰਜਾਬ ਦੇ ਪਿੰਡ ਵਾਲੇ ਪੰਜਾਬ ਦੇ ਸ਼ਹਿਰ ਵਾਲੇ ਸਭ ਸੰਡੇ ਨਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਵੇਰਕਾ ਸਾਹਿਬ 2021 ਦਾ ਸਮਾ ਦੇ ਰਹੇ ਨੇ ਕਿ ਇਹ ਜਿਹੜੀ ਮੁਸੀਬਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਆਦੀ ਹੈ ਇਸ ਦਾ ਜਿਹੜਾ ਹੈ ਪ੍ਰੋਪਰ ਹੱਲ ਜਿਹੜਾ ਹੈ ਉਲੱਭ ਲਿਆ ਜਾਵੇਗਾ 2021 ਤੋਂ ਖੁਸ਼ਹਾਲੀ ਆਵੇਗੀ ਸੁਪਨੇ ਆਦਾ ਪੰਜਾਬ ਬਣੇਗਾ ਅਜੇ ਹਾ ਪਰੋਸਾ ਅਜੇ ਦਿੱਖਤਾ ਜਾ ਰਿਹਾ ਬਾਕੀ ਇਸ ਪਰ ਉਸੇ ਤਸਾੜੀ ਨਜ਼ਰ ਰਹੇਗੀ तमाम ਪਾਰਟੀਆਂ ਦੀ ਨਜ਼ਰ ਰਹੇਗੀ ਅੱਜ ਬਹੁਤ ਹੀ ਕੰਸਟਰਕਟਿਵ ਜਿਹੜੀ ਐ ਇਸ ਡਿਸਕਸ਼ਨ ਹੋਈ ਐ ਵੇਰਕਾ ਸਾਹਿਬ ਜੈ ਕਿਸ਼ਨ ਸਾਹਿਬ ਭਾਰਤਵਾਦ ਸਾਹਿਬ ਗਰੀਵਾਲ ਸਾਹਿਬ ਤੁਹਾਡਾ ਧੰਨਵਾਦ ਸਾਡੇ ਨਾਲ ਛੋਣ ਦੇ ਲਈ ਤੇ ਹੁਣ ਜਾਂਦੇ ਜਾਂਦੇ ਅੱਜ ਦੇ ਸਵਾਲ ਦੇ ਜਵਾਬ ਤੁਹਾਨੂੰ ਦੇ ਜਾਂਦੇ ਹਾਂ ਸਵਾਲ ਅਸੀਂ ਪੁੱਛਿਆ ਸੀ ਕਿ ਕਰਜ਼ੇ ਦੀ ਵਜ੍ਹਾ ਕਰਕੇ ਖੁਦਕੁਸ਼ੀ ਕਰਨ ਵਾਲਿਆਂ ਦਾ ਵਿੱਚ ਸਭ ਤੋਂ ਜ਼ਿਆਦਾ ਅੰਕੜਾ ਖੇਤ ਮਜ਼ਦੂਰਾਂ ਦਾ ਹੈ ਕਿ ਅਸੀਂ ਇਹ ਪੁੱਛਿਆ ਸੀ ਸਵਾਲ ਕਿ ਕਰਜ਼ੇ ਦੀ ਵਜ੍ਹਾ ਕਰਕੇ ਖੁਦਕੁਸ਼ੀ ਕਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਅੰਕੜਾ ਖੇਤ ਮਜ਼ਦੂਰਾਂ। ਜਵਾਬ ਤੁਸੀਂ SMS ਕੀਤਾ ਕਿ ਜਵਾਬ ਮਿਲੇ ਨਹੀਂ ਉਹ ਪਰਸੈਂਟੇਜ ਤੁਹਾਨੂੰ ਦੱਸ ਦਿੰਦੇ ਹਾਂ। ਆਹ ਪਰਸੈਂਟੇਜ ਹੁਣ ਸਕਰੀਨ ਤੇ ਆ ਗਿਆ। ਅੱਜ ਦਾ ਜਵਾਬ ਹੈ 64% ਨੇ ਹਾਂ ਵਿੱਚ ਜਵਾਬ ਦਿੱਤਾ ਹੈ। ਚਿੰਤਾ ਵਾਲੀ ਗੱਲ ਹੈ। 64% ਹਾਂ ਵਿੱਚ ਤੇ 37% ਨਾ ਵਿੱਚ ਜਵਾਬ ਆਤੇ ਰਹੇ।